राजा जाकर हाँ जी छी भाई का भाई थी सतमा ती राजा। ठीक है जी। सत भाई थे कदों उन्हां दा माँ प्यो आखन लगे छोटा छोटा भाई इहनू अड ना करो। कहिंदे चंगा दो हाली बनाते दो जानी खां ते मानी खां चौधरी ते बारह पिंडां दे ढाल लैके आउंदे ते फिर दो होर कम करदे ते इक मंझां दा बग छेड़दे जी आपदियां दा माल। ਕਿਹੜੇ ਹਲ ਇਹਨਾਂ ਦਾ ਹਲ ਜੋੜਿਆ ਸੀ 12 ਵਜੇ ਰੋਟੀ ਲੈ ਕੇ ਲਾਲੇ ਭਾਬੀ ਜਾਣ ਲੱਗ ਗਈ ਉਹਨਾਂ ਦੀਆਂ। ਉਹ ਜਾਨੀ ਖਾਂ ਅਤੇ ਮਾਨੀ ਆਖਣ ਲੱਗੇ ਲਾਲੇ ਇਹ ਕੀ ਹੈ? ਕਹਿੰਦੇ ਰੋਟੀਆਂ ਨੇ ਹਾਲੀਆਂ ਨੇ ਆ। ਕਹਿੰਦੇ ਹੁਣ? ਕਹਿੰਦੀ ਹਾਂ। ਕਹਿੰਦੀ ਹੁਣ ਕੀ? ਸਾਨੂੰ ਤਾਂ ਰੋਟੀ ਪਕਾਉਣੀ ਨਹੀਂ ਦਿੰਦਾ, ਤੜਕੇ ਉੱਠ ਕੇ ਆਪ ਤਾਂ ਕੁੱਤੀ ਦੀ ਡੋਰ ਪਾ ਕੇ ਵਗ ਜਾਂਦਾ ਖੇਤਾਂ 'ਚ। ਜਦੋਂ ਆਥਣ 12 ਵਜੇ 11 ਵਜੇ ਮੁੜ ਕੇ ਆਉਂਦਾ ਦਾਲ ਠੰਡੀ ਹੈ, ਰੋਟੀ ਤੱਤੀ ਹੈ, ਲੱਸੀ ਛਿੱਦੀਆਂ ਨੇ, ਇਹ ਗੱਲਾਂ ਕਰੀ ਜਾਂਦਾ। ਅਸੀਂ ਜਾਈਏ ਕਿਹੜੀਆਂ ਵਕਤ ਰੋਟੀ ਲੈ ਕੇ? ਉਹ ਕਹਿੰਦੇ ਫਿਰ ਇਹ ਤਾਂ ਨਹੀਂ ਕੰਮ ਚੱਲਣਾ, ਅੱਜ ਦਾ ਦਿਨ ਹੀ ਹੈ, ਸਵੇਰੇ ਤਾਂ ਉਹ ਹਲਾਂ ਦੇ ਕਿੱਲੀਆਂ ਸਿੱਟ ਦੇਣਗੇ। ਉਹੀ ਗੱਲ ਆਥਣੇ ਆ ਕੇ ਉਹ ਕਹਿੰਦੀ ਵੀ ਆਪਦਾ ਹਲ ਜੋੜੋ ਨਾ ਜੋੜੋ ਸਾਥੋਂ ਨਹੀਂ ਚੱਲਦਾ। ਫਿਰ ਕਹਿੰਦੇ ਵੀ ਚੰਗਾ, ਫਿਰ ਕਹਿੰਦੇ ਵੀ ਐਂ ਕਰੋ ਫਿਰ ਰਾਂਝੇ ਨੂੰ ਹੀ ਅੱਡ ਕਰ ਦਿਓ, ਇਕੱਲੇ ਰਾਂਝੇ ਨੂੰ ਅੱਡ ਕਰ ਦਿਓ ਵੀ ਰਾਂਝੇ ਨੂੰ ਅੱਡ ਕਰ ਦਿਓ ਛੜਾ ਸੀ ਜੀ ਇਕੱਲਾ। ਫਿਰ ਰਾਂਝਾ ਜਾਖ ਨੂੰ ਕਹਿੰਦੇ 200 ਵਿਘਾ ਜ਼ਮੀਨ ਆਉਂਦੀ ਹੈ, 1400 ਵਿਘਾ ਜ਼ਮੀਨ ਆਪਣੇ ਕੋਲ, 200 ਵਿਘਾ ਜ਼ਮੀਨ ਆਉਂਦੀ ਹੈ। ਕਹਿੰਦੇ ਚੰਗਾ ਦੇ ਦਿਓ ਦਰਿਆ ਵਾਲੀ ਕਿੱਥੇ ਪੰਨੀ ਹੈ ਉੱਥੇ ਦੇ ਦੀ। ਫਿਰ ਰਾਂਝੇ ਜਾਖ ਨੂੰ ਫਿਰ ਮਈਆਂ ਦੇ ਤੀਆਂ 7 ਲੰਡਾ ਅਤੇ ਮੀਣਾ ਦੇ ਤੇ ਹਲ ਜੋੜਨ ਨੂੰ। ਫਿਰ ਰਾਂਝਾ ਚੱਲ ਪਿਆ ਆਪਦੇ ਖੇਤ ਨੂੰ, ਲੈ ਗਿਆ ਸਭ ਕੁਛ ਚੱਕ ਸਗਲਾ ਬੰਨ ਕੇ। ਫਿਰ 12-1 ਵਜੇ ਆਏ ਨੀ ਲਾਲੇ, ਕਹਿੰਦੇ ਹਾਂ ਉਹ ਨਖੱਤੇ ਦੀ ਕੋਈ ਰੋਟੀ ਲੈ ਕੇ ਗਏ? ਕਹਿੰਦੀ ਨਾ। ਕਹਿੰਦੇ ਫੜਾ ਕੇ ਆਏ ਤਾਂ ਸਾਡਾ ਵੀਰ ਹੈ। ਫਿਰ ਵੀ ਫਿਰ ਲਾਲੇ ਰੋਟੀਆਂ ਲੈ ਕੇ ਚੱਲ ਪਈ ਰਾਂਝੇ ਚਾਖਦੀਆਂ, ਨਾਲੇ ਤਾਂ ਲੱਸੀ 'ਚ ਛਿੱਦੀਆਂ, ਨਾਲੇ ਗੰਢੇ ਆਹੋ ਪਏ ਬਿਨਾਂ ਛਿੱਲੇ, 4 ਜੋੜੇ ਦੀਆਂ ਅੱਡੀਆਂ ਵਰਗੀਆਂ ਫਾਰੀਆਂ ਮਾਰ ਕੇ ਜਵੱਟ 'ਤੇ ਜਾ ਕੇ ਕਹਿੰਦੀ ਵੀ ਧੀ ਦੋ ਰੋਟੀ ਖਾ ਲਾ। ਆਇਆ ਰਾਂਝਾ ਚਾਦਰ ਵਿਛਾ ਲਈ, ਵਿਛਾ ਕੇ ਮਾਰ ਕੇ ਬੁੱਕਲ ਇਸ ਤਰ੍ਹਾਂ ਦੇ, ਕਦੋਂ ਖਾਣ ਲੱਗਿਆ ਰੋਟੀ ਗੰਢਾ ਤਾਂ ਉਹਦੀ ਹਰਨਾ ਸੂ ਬਣ ਗਿਆ, ਰੁੜ ਗਿਆ ਰੁੜ ਗਿਆ। ਉਹਨੇ ਆਖਿਆ ਵੀ ਚੱਲ ਹੋਰ ਖਾ ਲਾਂਗੇ, ਚੱਲ ਕੋਈ ਗੱਲ ਨਹੀਂ। ਕਦੋਂ ਖੋਲੀਆਂ ਰੋਟੀਆਂ ਐਡੀ ਅੰਬ ਦੀ ਫਾੜੀ ਚੁੱਪ ਕਰਕੇ ਉਹ ਵੀ ਧਰਤੀਆਂ, ਲੱਸੀ ਵਾਲੀ ਵੱਲ ਨਹੀਂ ਖੋਲੀ ਉਹ 'ਚ ਐਡੀ ਐਡੀਆਂ ਛਿੱਦੀਆਂ ਅਤੇ ਮੱਖੀਆਂ। ਕਹਿੰਦਾ ਲਾਲੇ ਮੈਂ ਆਈਆਂ ਜਾਂ ਰੋਟੀਆਂ ਖਾਣ ਵਾਲਾ ਸੀ? ਜੇ ਕਹਿੰਦੀ ਨਹੀਂ ਖਾਣੀਆਂ ਤਾਂ ਆਪਦੀ ਕੋਈ ਹੀਰ ਵਿਆਹ ਲਿਆ। ਕਹਿੰਦਾ ਆਪਦੀ ਕੋਈ ਹੀਰ ਵਿਆਹ ਲਿਆ, ਫਿਰ ਹੀਰ ਦੀਆਂ ਪੱਕੀਆਂ ਹੀ ਖਾ ਲੈਂਦੋ। ਫਿਰ ਰਾਂਝੇ ਚਾਖ ਨੂੰ ਠੋਕਰ ਮਾਰਦੀ, ਫਿਰ ਰਾਂਝਾ ਚਾਖ ਘਰ ਆ ਕੇ ਸਭ ਕੁਛ ਛੱਡ ਕੇ ਫਿਰ ਸਾਧ ਬਣ ਕੇ ਤੁਰ ਗਿਆ। ਫਿਰ ਹੌਲੀ ਹੌਲੀ ਜੌੜੀਆਂ ਢਾਬਾਂ 'ਚ ਪਾ ਗਿਆ। ਫਿਰ ਜੌੜੀਆਂ ਢਾਬਾਂ 'ਚ ਜਾ ਕੇ ਕੋਈ ਗੁਆਂਢਣ ਕਹਿੰਦੀ ਨਹੀਂ ਜਾਏ ਖਾਣੀ, ਉਹ ਤੁਹਾਡੀਆਂ ਛੀ ਭਰਜਾਈਆਂ ਦਿਓ, ਇਕੱਲਾ ਰੁੱਸਿਆ ਜਾਂਦਾ, ਇੱਕ ਇੱਕ ਰਾਤ ਆਉਂਦੀ ਆ ਕੋਲੇ ਪਾਉਣ ਨੂੰ, ਰੱਖ ਲਓ। ਫਿਰ ਲਾਲੇ ਭਾਬੀ ਅਤੇ ਚਮੇਲੀ ਮੋੜਨ ਨੂੰ ਮੁੜ ਤੁਰ ਪਈਆਂ। ਕਿਹਦੀ ਖਾਤਰ? ਕਹਿੰਦੀ ਦਿਓਰਾ ਛੱਡੀ ਜਾਂਦਾ ਇਹ ਤਖ਼ਤ ਹਜ਼ਾਰੇ ਨੂੰ, ਕਿਹਦੀ ਖਾਤਰ ਦਿਓਰਾ ਛੱਡੀ ਜਾਂਦਾ ਤਖ਼ਤ ਹਜ਼ਾਰੇ ਨੂੰ? ਮੇਰੇ ਤੋਂ ਛੋਟੀ ਵੀ ਹੈਗੀ ਲਾਲੇ ਤੋਂ ਸਰਦਾਰੇ, ਵੀ ਜੇ ਤੂੰ ਵਿਆਹ ਕਰਵਾਉਣਾ ਇਹ ਖਾਤਰ ਜਾਂਦਾ ਹੈ, ਮੈਂ ਸਾਤੋਂ ਛੋਟੀ ਲਾਲੇ ਤੋਂ ਸਰਦਾਰੇ ਹੈਗੀ, ਜਿਹਦਾ ਦਿਓਰਾ ਤੇਰੇ ਅਜੀਬ ਪਸੰਦ ਨਹੀਂ ਆਉਂਦੀ। ਛੀ ਭਰਜਾਈਆਂ ਦਿਓਰਾ ਕਹਿੰਦੀ ਹਾਜ਼ਰ ਤੇਰੇ ਖੜੀਆਂ, ਦੇਸ਼ ਬਗਾਨੇ ਦਿਓਰਾ ਹਲੀਆ ਨਹੀਂ ਬਹਿਣਾ, ਗੋਰੇ ਰੰਗ ਤੋਂ ਸੌਲਾ ਹੋ ਜੂ ਤੂੰ, 5 ਤੋਂ ਹਾੜ ਜੇਠ ਦੇ ਉੱਤੇ ਪਈਆਂ, ਗਿੱਲੇ ਬਦ ਨੂੰ ਲੰਗੋਟੀ ਖਾ ਜੂ, ਬਾਰਿਸ਼ ਦਿਓ ਰੰਗ ਤੋਂ ਸੌਣ ਦੀਆਂ ਪਈਆਂ, ਕਿਹਦੀ ਖਾਤਰ ਛੱਡੀ ਜਾਣਾ ਤਖ਼ਤ ਹਜ਼ਾਰੇ ਨੂੰ? ਖੇੜੇ ਵਿਆਹ ਕੇ ਲੈ ਕੇ ਸੁਣੀਆਂ ਪਈਆਂ ਨੇ ਛਾਲਾਂ ਦੀਆਂ ਗਲੀਆਂ, ਮੰਨੀ ਨਹੀਂ ਕਿਸੇ ਦੀ। ਰਾਂਝੇ ਚਾਖ ਨੇ ਤੁਰ ਗਿਆ ਜਾ ਕੇ, ਫਿਰ ਲੁੱਡਣ ਮਨਾ ਨੂੰ ਕਹਿੰਦਾ ਬੇੜੀ ਢੋ ਦੇ, ਕਹਿੰਦਾ ਇੰਨੇ ਪੈਸੇ ਲਉਂਗੇ ਜੀ? ਕਹਿੰਦਾ ਮੇਰੇ ਕੋਲ ਪੈਸੇ ਹੁੰਦੇ, ਕਹਿੰਦੀ ਮੈਂ ਤੇਰੇ ਕੋਲ ਹੜ ਕਰਦਾ ਕਿਉਂ? ਲੁੱਡਣ ਮਨਾ ਦੇ ਦੋ ਵਿਆਹ 'ਤੇ, ਫਿਰ ਜਾ ਕੇ ਉਹਨਾਂ ਨੇ ਮਾਰੀ ਹਾਕ ਆਥਣੇ ਆ ਕੇ, ਕਹਿੰਦੀ ਵੀ ਲੁੱਡਣਾ ਕਹਿੰਦਾ ਹੋ ਪ੍ਰਾਂਤ ਨਾ ਤਾਂ ਰੋਟੀਆਂ ਪਈਆਂ, ਹਾਰੇ 'ਚ ਦਾਲ ਪਈ ਆ, ਕੋਠੀ 'ਚ ਦੁੱਧ ਪਏ, ਨਾਲੇ ਤਾਂ ਪੋਸ ਤੋਂ ਘੋਲਿਆ ਪਿਆ, ਨਾਲੇ ਦਾਰੂ ਦਾਦੀਆ ਰੱਖਿਆ ਪਿਆ, ਆਇਆ ਨਹੀਂ। ਕਹਿੰਦਾ ਇੱਥੇ ਇੱਕ ਜਵਾਕ ਜਾਇਆ, ਉਹ ਕਹਿੰਦਾ ਮੈਂ ਪਾਰ ਲੰਘਣਾ,
ਕਹਿੰਦੇ ਤੜਕੇ ਲੰਘ ਜੂ ਆਪੇ ਹੁਣ ਨਹੀਂ ਲਿਖਾਉਂਦੀਆਂ ਫਿਰ ਦੁਨੇ ਉਹਨਾਂ ਨੇ ਟੱਬਰਾਂ ਨੇ ਫਿਰ ਲਾ ਰਾਂਝਾ ਪਾਰ ਲਿਖਾਤਾ ਠੀਕ ਹੈ ਜੀ ਚਿੜੰਗੋ ਚੂੜੀ ਨੂੰ ਹੀਰ ਬੋਲਦੇ ਚਿੜੰਗੋ ਬੰਦੇ ਨੇ ਤਾਂ ਕੀ ਮੇਰੀ ਛੇ ਦੇ ਲਵੇ ਲੱਗਣਾ ਦੀ ਬਾਰਾਂ ਬਾਰਾਂ ਕੋ ਜਾਨਵਰ ਨਹੀਂ ਲੱਗਦਾ ਉਹ ਕਹਿੰਦੀ ਅੱਛਾ ਕਹਿੰਦੀ ਹਾਂ ਕਹਿੰਦੇ ਫਿਰ ਮੈਨੂੰ ਨਹੀਂ ਪਤਾ ਕਹਿੰਦੀ ਛੇ 'ਤੇ ਤਾਂ ਬੰਦਾ ਐਂ ਪਿਆ ਰੱਜਿਆ ਕਹਿੰਦੇ ਝੋਟਾ ਸਾਉਣ ਦੇ ਮਹੀਨੇ ਘਾਹ 'ਚ ਫੁਕਾਰੇ ਮਾਰਦਾ ਹੁੰਦਾ ਫਿਰ ਹੀਰ ਚੱਲ ਪਈ ਜਦੋਂ ਦੇਖਿਆ ਵੀ ਪਿਆ ਹੀਰ ਨੇ ਬਣਦੀ ਛੱਟੀ ਤੋੜ ਲਈ ਤੋੜ ਕੇ ਛੱਟੀ ਫਿਰ ਰਾਂਝੇ 'ਚ ਜਾਖਦੇ ਐਂ ਮਾਰੀ ਦੁਨਾ ਪਾਸੇ ਤੋਂ ਪੱਲਾ ਲੈ ਗਿਆ ਮੁੱਖ ਤੋਂ ਕਹਿੰਦੇ ਵੀ ਤੂੰ ਜਾਣਾ ਕਿੱਥੇ ਹੈ ਕਹਿੰਦਾ ਮੈਂ ਨੌਕਰ ਰਹਿਣ ਜਾਣਾ ਕਹਿੰਦੀ ਕੀ ਕੰਮ ਕਰਿਆ ਗਿਆ ਕਿਹੜਾ ਕਰੋ ਕੀ ਕਰਾ ਲਏ ਕਹਿੰਦੀ ਮਾਲ ਚਾਰ ਕੇ ਲਿਆਇਆ ਕਰਾਂ ਕਹਿੰਦਾ ਹਾਂ ਲਿਆਇਆ ਕਰੂੰ ਤੁਹਾਡੇ ਕਹਿੰਦਾ 21 ਮਾਲ ਛੇੜਦੇ ਨੇ ਮੈਂ ਇਕੱਲਾ ਲਿਆਇਆ ਕਰੂੰ ਅੱਛਾ ਜਾ ਕੇ ਫਿਰ ਰਾਂਝ ਚੱਕਦੀ ਬਾਂਹ ਫੜ ਕੇ ਛੂ ਛੂ ਕੋਲ ਲੈ ਗਈ ਬਾਪੂ ਕਹਿੰਦੇ ਲੈ 21 ਮਾਲ ਚਾਰਦੇ ਨੇ ਇਕੱਲਾ ਚਾਰ ਕੇ ਲਿਆਇਆ ਕਰੂੰ ਕਹਿੰਦਾ 100 ਰੁਪਏ ਸਾਰੀਆਂ ਪਵਾ ਦੂੰ ਕਹਿੰਦਾ ਖੰਡਾ ਮੈਂ ਛਾਲਾਂ ਦਾ ਤੜਕੇ ਛੱਡ ਲਾਂ ਦਿਨ ਛਿਪਦੇ ਉਹਨੂੰ ਲਿਆਵਾਂ 7 ਦੇ ਵਿਚਾਲੇ ਜੇ 1 ਗਵਾ ਜੇ 2 ਭਰ ਦੂੰ ਅੱਛਾ ਉਹ ਕਹਿੰਦੇ ਵੀ ਕਦੋਂ 1 ਗਵਾ ਜੇ 2 ਭਰ ਦੂੰ ਕਿਹੜੀ ਮੱਝ ਦੇ ਕਹਿੰਦਾ ਮੈਂ ਖੁੰਡੀ ਲਾ ਲਿਆ ਮੂਲ ਘੱਟਾ ਨਹੀਂ ਹੋ ਜਾਂਦੀ ਅੱਛਾ ਫਿਰ ਸ਼ੂਸ਼ਕ ਨੇ ਫਿਰ ਪਾਲੀ ਰੱਖ ਲਿਆ ਫਿਰ ਰਾਂਝਾ ਚੱਕ ਉੱਥੇ ਠੀਕ ਹੈ ਜਦੋਂ ਰੱਖਿਆ ਛਾ ਪਾਲੀ ਫਿਰ ਗੜਕ ਸ਼ਿਕਾਣੇ ਨੂੰ ਤੋਰਦਿਆ ਕਰੇ ਤੜਕੇ ਸ਼ੂਸ਼ਕ ਮਾਲ ਨੂੰ ਲੈ ਕੇ ਵੀ ਉੱਥੇ ਨੂੰ ਵਗ ਜਾ ਤੁੱਲੀ ਪਕਾ ਕੇ ਰੋਟੀਆਂ ਬੰਨਦਿਆ ਕਰੇ ਲਾੜਾ ਫਿਰ ਹੀ ਪਿੱਛੋਂ ਚੂਰੀ ਦਾ ਛੰਨਾ ਕੁੱਟ ਕੇ ਉੱਥੇ 'ਚ ਲੈ ਕੇ ਜਾਇਆ ਕਰੇ ਉਹਦਾ ਕੜਕ ਸ਼ਿਕਾਣੇ 'ਚ ਫਿਰ ਦੁਨੇ ਬੈਠ ਕੇ ਚੂਰੀ ਖਾਂਦੇ ਤੇ ਉਹ ਕਦੋਂ 4-5 ਸਾਲ ਹੋ ਗਏ ਉਹਨੇ ਰੱਖੇ ਨੂੰ ਕਦੋਂ ਲੰਘੜਾ ਹੀਰ ਦਾ ਚਾਚਾ ਕਹਿੰਦਾ ਉਹ ਸ਼ੂਸ਼ਕਾ ਕਿੰਨੀ ਮਿਹਨਤ ਲੈ ਗਿਆ ਪਾਲੀ ਆਪਣਾ ਉਹ ਤਾਂ ਕਹਿੰਦਾ ਕੱਖ ਮੰਗੇ ਹੀ ਨਹੀਂ ਉਹ ਕਹਿੰਦਾ ਭੈਣ ਦਾ ਜਰਾ ਕਹਿੰਦਾ ਕੱਖ ਨਹੀਂ 5 ਸਾਲਾਂ ਦਾ ਮੰਗਿਆ ਫਿਰ ਤਾਂ ਮੱਕੀ 'ਚ ਵੇਲਾਂ ਬੀਜ ਲਈਆਂ ਨੇ ਕਹਿੰਦੇ ਤੂੰ ਨਾ ਕੁਛ ਕਹੇ ਕਹਿੰਦਾ ਨਹੀਂ ਫਿਰ ਕਦੋਂ ਲੱਗਦਾ ਫਿਰ ਕਿੱਥੇ ਰਾਂਝਾ ਜਾ ਕੇ ਰੋਟੀ ਰੂਟੀ ਖਾਂਦਾ ਹੁੰਦਾ ਬੈਠ ਕੇ ਹਿੰਸਾ 'ਚ ਉੱਥੇ ਜਾ ਕੇ ਲੋਕ ਕੇ ਜਾ ਕੇ ਬਹਿ ਗਿਆ ਲੋਕ ਕੇ ਫਿਰ ਹੀਰ ਗਈ ਰਹਿ ਗਈ ਚੂਰੀ ਦਾ ਛੰਨਾ ਕਹਿੰਦੇ ਲੈ ਚੱਕ ਅੱਜ ਤੱਕ ਕਵੇਲਾ ਹੋ ਗਿਆ ਰੋਟੀ ਨੂੰ ਕਹਿੰਦਾ ਨਹੀਂ ਭੁੱਖਾ ਲਿਆ ਹੋਏਗਾ ਕਹਿੰਦੇ ਨਹੀਂ ਕਹਿੰਦੇ ਖਵਾ ਰੋਟੀ ਮੈਂ ਮਹੀਆਂ ਮੋੜ ਕੇ ਖਾਊਂ ਕਹਿੰਦਾ ਕਹਿੰਦੇ ਮੈਂ ਇਸ ਮੈਂ ਲਿਆਉਂਦਾ ਮੋੜ ਕੇ ਤੂੰ ਰੋਟੀ ਖਾ ਕਹਿੰਦਾ ਚੰਗਾ ਫਿਰ ਹੀਰ ਤਾਂ ਮੈਂ ਇਸ ਨੂੰ ਮਹੀਆਂ ਮੋੜਨ ਬਾਕੀ ਰਾਂਝਾ ਰੋਟੀ ਖਾਣ ਲੱਗ ਗਿਆ ਸਜਦੇ ਆਸ਼ੂ ਆਏ ਨੇ ਭਾਵੇਂ ਕਦੋਂ ਲੰਗੜੇ ਹੀਰ ਦੇ ਚਾਚੇ ਨੇ ਸਦਾ ਕਰਤੀ ਅੱਛਾ ਕਹਿੰਦਾ ਉਹ ਲੱਖ ਨਿਰੰਜਨ ਉਹ ਕਹਿੰਦਾ ਬਾਬਾ ਮੇਰੇ ਕੋਲ ਤਾਂ ਕੁਛ ਨਹੀਂ ਕਹਿੰਦਾ 4 ਦਿਨ ਹੋ ਗਏ ਰੋਟੀ ਦੀ ਮਿਲੀ ਭਖਦਾ ਰੋਟੀ ਦੇ ਦੇ ਮੈਨੂੰ ਤਾਂ ਫਿਰ ਉਹਨੇ ਚੂਰੀ ਦੀ ਪਿੰਨੀ ਐਂ ਵੱਟ ਕੇ ਦੇ ਦਿੱਤੀ ਫਿਰ ਰਾਂਝੇ ਚਾਕ ਨੇ ਜਦੋਂ ਆਏ ਹੀਰ ਕਹਿੰਦੇ ਚਾਕਾ ਤੂੰ ਤਾਂ ਕਹਿੰਦੇ ਭੁੱਖ ਨਹੀਂ ਲੱਗੀ ਤੂੰ ਸਾਰੀ ਚੂਰੀ ਖਾ ਗਿਆ ਕਹਿੰਦਾ ਇੱਥੇ ਇੱਕ ਸਾਧ ਮੰਗਦਾ ਲੈ ਗਿਆ ਮੇਰੇ ਤੋਂ ਅੱਛਾ ਉਹ ਕਹਿੰਦੇ ਅੱਛਾ ਕਹਿੰਦਾ ਹਾਂ ਲੈ ਕੇ ਖੁੰਡਾ ਫਿਰ ਭਜਲੀ ਜਾ ਕੇ ਫਿਰ ਮਾਰਿਆ ਸਜਦੇ ਕਦੋਂ ਲੰਗੜੇ ਹੀਰ ਦੇ ਚਾਚੇ ਦੇ ਡਾਂਗ ਕਹਿੰਦੀ ਲਿਆ ਪਿੰਨੀ ਉਹਨੇ ਰੱਬ ਵਿੱਚ ਤਾਂ ਲੋਕ ਕਹਿੰਦੇ ਕੰਨ 'ਚ ਪਾ ਲਈ ਵਿੱਚ ਕਹਿੰਦੇ ਚੂਰੀ ਦਾ ਭੋਰਾ ਅੱਖ ਦੀ ਭਿੱਫਾਂ ਲਾਣ ਲਾ ਲਿਆ ਆ ਕੇ ਫਿਰ ਸ਼ੂਸ਼ਕ ਨੂੰ ਦਿਖਾ ਤੀ ਕਹਿੰਦਾ ਆਹ ਖਵਾਉਂਦੇ ਤੇਰੀ ਧੀ ਉੱਥੇ ਲਿਜਾ ਕੇ ਉਹ ਕਹਿੰਦਾ ਅੱਛਾ ਕਹਿੰਦਾ ਹਾਂ ਕਹਿੰਦਾ ਵੱਢ ਫਾਹਾ ਇਹਦਾ ਛੇਤੀ ਕਰ ਫਿਰ ਖੇੜੀ ਮੰਗਿਆ ਫਿਰ ਹੀਰ ਨੂੰ ਜਦੋਂ ਖੇੜੀ ਮੰਗਿਆ ਫਿਰ ਜਨ ਨੇ ਤਾਂ ਆਉਣਾ ਹੀ ਸੀ ਕਦੋਂ ਮੰਗ ਕੇ ਆਇਆ ਸੀ ਆ ਗਈ ਜਨ ਆ ਕੇ ਬਹਿ ਗਈ ਸੱਥ 'ਚ ਹੀਰ ਕਹਿੰਦੀ ਉਹ ਤਾਂ ਗੜਕ ਸ਼ਿਆਣੇ ਬੈਠਾ ਹੈ ਜਨ ਖੇੜਿਆਂ ਦੀ ਆ ਗਈ ਚਿੜੰਗੋ ਹੁਣ ਕੀ ਬਣੂਗਾ ਉਹ ਕਹਿੰਦੀ ਬਣਨਾ ਬਣਾਉਣਾ ਕਹਿੰਦੀ ਕਹਿੰਦੀ ਉਹਨੂੰ ਸੱਦ ਕੇ ਕੌਣ ਲਿਓ ਉਹ ਕਹਿੰਦੀ ਫੜਾ ਫੀਮ ਵਾਲੀ ਡੱਬੀ ਮੇਰਾ ਚਾਚਾ ਸਾਰਗ ਮਰਦਾ ਫੀਮ ਕਹਿੰਦੀ ਉਹ ਕਿਉਂ ਫੀਮ ਵਾਲੀ ਡੱਬੀ ਫੜਾਤੀ ਉਹਨੇ 2 ਉਂਗਲਾਂ ਪਾ ਕੇ ਖਾ ਕੇ ਕਹਿੰਦਾ ਦੱਸ ਫਿਰ ਹੁਣ ਕਹਿੰਦੀ ਗੜਕ ਸ਼ਿਆਣੇ ਰਾਂਝਾ ਚਾ ਗਿਆ ਉਹਨੂੰ ਲਿਆ ਸੱਦ ਕੇ ਕੋਈ ਬਹਾਨੇ ਨਾਲ ਲਿਆਈ ਨਹੀਂ ਸ਼ੂਸ਼ਕਾਪ ਨੂੰ ਪਿੰਡੋਂ ਕੱਢ ਦਿਉ ਉਹ ਕਹਿੰਦੀ ਤੂੰ ਬੇਫਿਕਰ ਹੈ ਰਾਂਝਾ ਸਾਰੰਗ ਚੂੜਾ ਕਹਿੰਦਾ ਹੁਣ ਤਾਂ ਮੈਂ ਸਮਾਨ ਨੂੰ ਟਾਕੀ ਲਾ ਦੂੰਗਾ 2 ਉਂਗਲਾਂ ਦੇ ਕੇ ਚੜ੍ਹ ਕੇ ਖਾਧੀਏ ਕਹਿੰਦੇ ਹਾਂ ਕਹਿੰਦੀ ਚੰਗਾ ਫਿਰ ਜਾ ਫਿਰ ਜਾ ਕੇ ਦੇਖਾ ਨਾ ਮਾਲ ਚਾਰਦਾ ਫਿਰਦਾ ਆ ਗਿਆ ਕਦੋਂ ਸਾਰੰਗ ਚੂੜੇ ਕੋਲ ਕਹਿੰਦਾ ਕਿਵੇਂ ਗੱਲ ਹੈ ਕਹਿੰਦਾ ਜਨ ਖੇੜਿਆਂ 'ਚ ਆਈ ਬੈਠੇ ਹੀਰ ਨੂੰ ਤਾਂ ਵਿਆਹ ਘੇਰ ਜਾਣਗੇ ਤੜਕੇ ਕਹਿੰਦਾ ਅੱਛਾ ਕਹਿੰਦਾ ਹਾਂ ਚੰਗਾ ਕਹਿੰਦਾ ਫਿਰ ਹੁਣ ਰੋਟੀ ਟੁੱਕ ਛੱਕ ਆਪਾਂ ਟਾਈਮ ਸਿਰ 'ਤੇ ਚੱਲਾਂਗੇ ਕਦੋਂ ਨਿਕਾਹ ਹੋਣੇ ਨੇ ਫਿਰ
रात नूं कहिंदा तड़के सिख बोले उदों फिर बूरी वधते मारी ब्लाक उत्ते बह गया उहनूं सारंग चूड़े नूं कहिंदा रस्से पा दे उत्ते कह दे मैनूं नाल मह दे कहता फिर लिया के सत्थ दे विचाले खड़ातियां खड़ाइयां राजा चाह के उन्हें ला के थले धरता जो थले धरया कोई अको हके खे इत्थे तख्त हजारे खबर भेज दो भाई लै जाणगे बिच मुसलमान कहिंदे कबर पट के बिच तो फड़ा दिओ कोई कुछ बोले कहिंदे भी 12 पिंडां दे चौधर रहे उन्हां कोले आपां नूं सवेरे तंग करनगे सुनेहा भेजो फिर ही उठी बोझ के कुड़ियां ला के लैके किरपे बसारी नूं कहिंदे राजे चाक नूं राजी कर दे फिर किरपे बसारी ने गोलियां दे दियां घंटे डूढ़ घंटे पिछों राजा जी जिउंदा कर लिया जदों जिउंदा हो गया फिर देख ला दुनिया बैठी थी राजा जाग ने निम्मो झाड़ा होकर सत्थ दे लोगों को जाके बह गया बैठा आईया कुड़ियां कट्ठिया होके चल वे चाका कहिंदी डोली कोल बुलाए बिछदी कुड़ियां दे आपदे मेला हीर नूं ब्याह विच मेल बसेरा आया गोडे मुढ बहा देंगे चाका तेरी हीर दे रो रो लाने वे पिछले जे हरखा कहिंदा चंगा फिर राजे चाक ने मारी दहत्तर पट्टी फिर किन्ने है हस पे कहिंदे हुण रोंदा भैणा दा जाके कदों जांदी उह चल जी जाके हीर कोले कहिंदा सुनाऊं ठड्डे दियां उहनूं वी वेहणे दिउं कहिंदा हत्थ तां जिन्हां दे जुड़गे नाल अमीरां दे उहनां रखदे लंडिए ने गरीबां नाल जारी सेर क चांदी सिउणा पा के निगाह चेरी हो गई माया दी खिलारी अज तां साडी हीरे भलके तूं खेड़ियां दी तैनूं मिल गई हीरे नहीं सजदे सरदारी मर जे सजदा काणा तेरा सजरा चूंडा ढैजे नहीं हो जे रंडी तू रह जे छेज खिमारी घर तां खेड़ियां दे कहिंदा हुण स्यापे सजदे ते जे रब सुन ले अर्जनी हमारी फिर जदों फिर तड़के निकाह हो गए मइयां दे दित्तियां फिर शूशक ने 10-15 दात च फिर काजियां ने पा के तलहरे चल पे आपदे पिंड नूं मिल चलदे आ मइयां सिर से टोभे ते सारियां मुड़ के वग गईआं शूश कहिंदा सोतो इन्ने बंदियां तों निकलियां मेरा कल्ला पाली ले जू उह कहिंदे चंगा फिर खा के दिखाई सुआता तां है कहिंदा कोई ना कहिंदा खा के रोटी रूटी जन हो विदा हो गई राजा चाक मूहरे ला गया मइयां मगर लग गईआं मुसलमान राह जा तुरे जांदे जांदे कहिंदे होई इहना शिकार हथ ने मीटी मीट नाल रोटी खम के शिकार ना मार के लेगी ते आप दा उतर के गड्डी चों डोली चों शिकार वग गए राजा चाक फिर डोली च बढ़ के बह गया जदों बैठा फिर कलुए नाई ने जाके दसदा कलुआ नाई कहिंदा भैण दे यारो तुसीं तां इत्थे रोजा मगर तुरे फिरदे हो मिरगा मूना मगर उह तां पता हुंदा डोली च बड़े चढ़े तां उही आउंदा है फिर आ के घेरा पा लिया चाक नूं ਇਹੀ ਬੋਲਦੇ ਕਹਿੰਦੇ ਹੈ ਨਹੀਂ ਸੋਡੀ ਵੇ ਵਿੱਚ ਸਿਆਣਾ ਵਿੱਚ ਬਰਾਦ ਹੈ ਕਿਹਨੇ ਘੇਰਾ ਚਾਕ ਨੂੰ ਪਾਇਆ 12 ਵਰਸਾਂ ਦੀ ਮੈਂ ਰਹਿੰਦੀ ਕੋਲੇ ਚਾਕ ਦੇ ਅੱਜ ਕੀ ਲੋੜਾ ਪੈ ਗਿਆ ਜੇ ਡੋਲੀ ਵਿੱਚ ਆਇਆ ਕਹਿੰਦੇ ਫਿਰ ਹੀਰ ਨੇ ਕਦੋਂ ਇੰਨੀ ਗੱਲ ਆਖੀ ਕਹਿੰਦੀ ਹਾਰ ਟੁੱਟ ਕਹਿੰਦੀ ਮੋਤੀ ਛਕਵਾਏ ਨੇ ਲੈ ਕੇ ਫਿਰ ਲਿਜਾ ਕੇ ਫਿਰ ਅੰਦਰ ਮਈਆਂ ਬਣਾ ਲਈਆਂ ਰਾਂਝੇ ਚਾਕ ਤੋਂ ਸਜਦੇ ਕਾਣੇ ਨੇ ਫਿਰ ਤੇਰੇ ਮੇਰੇ ਵਰਗੇ ਸ਼ਕੇਰ ਤੇ ਵੀ ਮੇਰੇ ਸਾਡੇ ਇੱਟਾਂ ਮਾਰੋ ਪਾਲੀਏ ਦੇ ਲੱਗ ਗਏ ਇੱਟਾਂ ਮਾਰਨ ਭੱਜ ਲਿਆ ਹੁਣ ਭੱਜੇ ਜਾਨ ਛਡਾਉਣੀ ਤਾਂ ਹਰੇਕ ਨੇ ਜਦੋਂ ਫਿਰ ਗੰਜਾ ਜਾਲੀ ਚਾਰਦਾ ਤੇ ਮਾਰਿਆ ਲਲਕਰਾ ਛੱਡ ਕੇ ਪਤ ਲਾ ਗਏ ਪਾਲੀ ਠੀਕ ਹੈ ਗੰਜੇ ਜਾਲੀ ਨੇ ਫਿਰ ਆਪਦੇ ਘਰੇ ਲੈ ਗਿਆ ਲਿਜਾ ਕੇ ਘਰੇ ਚੌਲ ਸੱਠੀ ਤੇ ਦੁੱਧ ਭੇਡਾਂ ਦਾ ਰਿੰਨ ਕੇ ਰਾਜੇ ਨੂੰ ਖੀਰ ਖਵਾਈ ਫਿਰ ਉਹਨੇ ਖਾ ਕੇ ਖੀਰ ਤੜਕੇ ਫਿਰ ਉੱਠ ਕੇ ਟੱਲੇ ਗੋਰਖੇ ਨੂੰ ਰਾਹ ਪਾਤਾ ਠੀਕ ਹੈ ਤੁਰਿਆ ਜਾ ਜਾਗ ਪਾ ਗਿਆ ਗੋਰਖ ਕੋਲੇ ਜਦੋਂ ਮੱਥਾ ਟੇਕਿਆ ਗੁਰੂ ਗੋਰਖਰਾਸ ਨੂੰ ਮੱਥਾ ਟੇਕ ਕੇ ਮਨ ਸੀਤਲ ਕਰਤਾ ਗੋਰਖ ਦਾ ਮੰਗੇ ਯੋਗ ਤੋਂ ਗੋਰਖ ਘਬਰਾਵੇ ਯੋਗ ਸੂਲਾਂ ਦਾ ਵਿਛਾਉਣਾ ਬੰਝੜੀ ਵਾਲਾ ਤੈਨੂੰ ਯੋਗ ਉਬਾਲ ਕੇ ਕਿਸੇ ਨੇ ਫਰਮਾਵੇ ਤੇੜ ਚ ਲੂੰਗੀ ਮੋਢੇ ਪੂਰੀ ਹੱਥ ਵਿੱਚ ਬੰਝਲੀਆਂ ਭੂੰਜੇ ਪੈਣਾ ਅਤੇ ਸਿਰਹਾਣਾ ਲਾਉਣਾ ਇੱਟ ਦਾ ਭੁੱਖ ਭਿਆਸ ਬੱਚਾ ਸਿਰ 'ਤੇ ਸਹਿਣੀ ਪੈਂਦੀ ਹੈ ਇੱਥੋਂ ਜਾਣਾ ਨੇ ਬੱਚਾ ਯੋਗ ਕਮਾਇਆ ਕੱਲ੍ਹ ਨੂੰ ਪੈਣ ਪਰਾ ਤਾਂ ਔਰਤ ਤੇਰੀ ਫੜ ਕੇ ਲੈ ਜੂਗੀ ਪਾਟਿਆਂ ਕੰਨਾਂ ਵਾਲਾ ਛੱਟ ਛੋਟਾ ਸਾਥ ਤੋਂ ਜਾਣਾ ਨਹੀਂ ਛੇਕ ਕਮਾਇਆ ਪਾੜ ਕੰਨਾਂ ਨੂੰ ਮੋਗੇ ਕਰ ਦਿਉ ਦੇਹੀ ਰੋਲ ਦੁਸ਼ਕੀਨਾ ਚੰਦ ਵਰਗੇ ਵਿੱਚ ਰੇਤੇ
इन्नी गल कह के फिर राजे चाख नूं मोड़ता मुड़जा पिछे से नहीं चेले मुंदे। फिर दूए चेले कहिंदे जी महाराज वक्त भंडारे का होया पिया रोटियां खा के दो बग जू। कहिंदे चंगा खा के बह गया सिरे ते जाके आ गए खीर का कड़ाहा डक्या दा दाल का गड्डा डक्या होया रोटियां का सिड़ दे चार मनियां पा दे कड़छा दाल का सिरे ते बैठे दो फुलके खा ले जाके। अच्छा जी खा के उन्हें पैरों ना रोड़तियाँ थालियाँ साहता पै गए फिर लंबे होके कहते भी हूँ हूँ कहते कि बस हम पै जो फिर राजा चाक ने मारी ने कहा भी मेरे खड़े चित्तड़ सोह लगे बैठे ने इन्हें कुछ नहीं। अच्छा ये जमे फोके ने इन्ह च कुछ नहीं है उन्हें फिर चक्या नाद चाके बाहर निकल गया। अच्छा चाके तड़के उठे नाथपुर वो वक्त भंडारे का होंगे कोई कुछ बोले कोई कुछ बोले एक कहना बाबा नाथ तो ले गया कि अखा च कल का कजला पाई फिरता ते मुंडा नाद नूद नहीं इतने है फिर रांझे चाक नूं टोलन शुरू करते फिर बरेती दे विच दब के उत्ते वासन लाई बैठा कहिंदे बाबा सानू नाद दे दे कहिंदा चलो तख्त हजारे बख चलो छोले कणक का गड्डा भर दूँ। ਕਹਿੰਦੇ ਉਹ ਨਹੀਂ ਕਿਹੜਿਆ ਅਸੀਂ ਐਂ ਕਰਕੇ ਬਜਾਏ ਸੀ ਕੱਲ੍ਹ ਕਹਿੰਦਾ ਸਾਡੇ ਤਾਂ ਮੰਡਲ ਲੱਗਿਆ ਪਿਆ ਅਸੀਂ ਕਿੰਨੀਆਂ ਸਿਆਣ ਕੇ ਚੱਕ ਲਓ ਕਾਰੀਆਂ ਵਾਲੇ ਚਲੇ ਜਾ ਕੇ ਖੜਾਤੇ ਬੋਤਿਆਂ ਦੇ ਸਿਰਾਂ 'ਤੇ। ਅੱਛਾ ਜਾ ਕੇ ਗੁਰੂ ਗੋਰਖਨਾਥ ਨੂੰ ਕਹਿੰਦੇ ਵੀ ਨਾਦ ਉਹਦੇ ਕੋਲ ਹੈ ਦਿੰਦਾ ਹੈ ਨਹੀਂ। ਫਿਰ ਗੁਰੂ ਗੋਰਖਨਾਥ ਚੱਲ ਪਿਆ ਗੁਰੂ ਗੋਰਖਨਾਥ ਕਹਿੰਦਾ ਓਏ ਨਾਦ ਦੇ ਦੇ ਬਾਲਕਾ ਕਹਿੰਦਾ ਚੇਲਾ ਮੁੱਲਾ ਕਹਿੰਦਾ ਮੁੱਲ ਨੂੰ ਕਹਿੰਦਾ ਕਹਿ ਤਿੰਨ ਵਾਰੀ ਫਿਰ ਤਿੰਨ ਵਾਰੀ ਕਿਹਾ ਗੁਰੂ ਗੋਰਖਨਾਥ ਨੇ। ਅੱਛਾ ਫਿਰ ਰਾਜਾ ਚਾਖ ਫਿਰ ਚੇਲਾ ਮੁੱਲ ਲਿਆ ਪੱਟ ਕੇ ਟੋਆ ਕਦੋਂ ਸਿੱਟ ਕੇ ਘਰ 'ਤੇ ਕੰਨਾਂ 'ਚ ਮੋਗੇ ਪਹਿਲੇ ਕੰਨ ਨੂੰ ਕਰ ਦਬਗਾ ਤੀ ਧਾਰ ਮੈਲੇ ਦੀ ਆਈ ਦੂਜੇ ਕੰਨ ਨੂੰ ਤਾਂ ਕਰ ਦਬਗਾ ਤੀ ਫਿਰ ਧਾਰ ਦੁੱਧ ਦੀ ਤੀ ਆਈ ਚੱਕ ਕੇ ਪੱਟੀਆਂ ਗੋਰਖ ਫਿਰ ਪੂੰਝਣ ਲੱਗ ਗਿਆ ਕਹਿੰਦਾ ਲਾਲਾ ਮੁੰਦਰਾਂ ਬਾਵਾਂ ਮੇਲ ਦੇ ਕੰਨ ਲਾਲਾ ਮੁੰਦਰਾਂ ਮੇਲ ਦੇ ਕੰਨ ਮੈਨੂੰ ਲੋੜ ਨਹੀਂ ਫਕੀਰੀ ਦੀ ਗਾਈ ਪੱਟੀਆਂ ਚੱਕ ਕੇ ਤੂੰ ਗੋਰਖਾ ਪੂੰਝਣ ਲੱਗ ਗਿਆ ਤੇਰਾ ਪੂੰਝਾ ਲਹਿੰਦਾ ਨਹੀਂ ਨਾ ਹੀ ਪਾਠ ਪਟਕਾ ਪੱਟੀਆਂ ਬੰਨ ਦਿਓ ਸ਼ੂਸ਼ਕ ਦੀ ਜਾਈ। ਗੁਰੂ ਗੋਰਖਨਾਥ ਕਹਿੰਦਾ 360ਵਾਂ ਚੇਲਾ ਮੁੱਲ ਲਿਆ ਗੁਰੂ ਗੋਰਖਨਾਥ ਨੇ ਕਿਸੇ ਨੇ ਮੰਗੀ ਨਹੀਂ ਹੀਰ ਕੁਮਾਰੀ ਈਰੀ ਪੀਰੀ ਕੋਲੇ ਰੰਨਾਂ ਦੇ ਕਹਿੰਦਾ ਤੂੰ ਕੀ ਜਾਣਦਾ ਉਹ ਗੋਰਖਾ ਮੁੱਢ ਪੁਰਾਣਾ ਕਹਿੰਦਾ ਅੱਛਾ ਕਹਿੰਦਾ ਹਾਂ ਜਾ ਕਹਿੰਦਾ ਵਗ ਜਾ ਢਾਈ ਕੜੀਆਂ ਤੇਰੇ ਹੀਰ ਨੇ ਨਹੀਂ ਸਿਆਣਨਾ ਰਾਜ ਗੰਜੇ ਜਾਲੀ ਨਹੀਂ ਸਿਆਣ ਲਿਆ ਅਤੇ ਗੰਜੇ ਚਾਲੀ ਦੇ ਨਾਲ ਤਾਂ ਭੇਡਾਂ ਮਾਰਤੀਆਂ ਨਾਲੇ ਲੇਲੇ ਮਾਰਦੇ ਘਰੇ ਪੰਜੇ ਪੀਰਾਂ ਦੀ ਥਾਪਨਾ ਤੇ ਰਾਂਝੇ ਨੂੰ ਕਦੋਂ ਫਿਰ ਕਹਿੰਦਾ ਲੈ ਵੀ ਭਗਤਾਂ ਹੁਣ ਚੱਲਦਾ ਕਹਿੰਦਾ ਮਹਾਰਾਜ ਫੜ ਕੇ ਪੈਰ ਕਹਿੰਦਾ ਮੈਨੂੰ ਵਸਦਾ ਛੱਡ ਜਾ ਕਹਿੰਦਾ ਪਤੀਲੀ ਵਾਲਾ ਪਾਣੀ ਸਾਰਿਆਂ ਦੇ ਸਿਰਾਂ 'ਚ ਤੁਪਕਾ ਤੁਪਕਾ ਸਿੱਟ ਦੇ ਪਲੀ ਨਹੀਂ ਤਾਂ ਸਿੱਟ ਤਾਪਦੀਆਂ ਕਿ ਭੇਡਾਂ ਹਰੀ ਕੰਮ ਕਰ ਲਈਆਂ ਮੂਹਰੇ ਫਿਰ ਚੱਲ ਪਿਆ ਰੰਗਪੁਰ ਖੇੜਿਆਂ ਦੇ ਵਿੱਚ ਮੰਗਣ ਮੂਹਰੇ ਨਾਲ ਤਾਂ ਟੱਕਰ ਗਈ ਸਹਿਤੀ ਦੀ ਹੀਰ ਦੇ ਨਾਲ ਤਾਂ ਟੱਕਰ ਗਈ ਸਹਿਤੀ ਬਾਬਾ ਕਹਿੰਦੀ ਕੀ ਕਰਦਾ ਹੁਣ ਇਹ ਕਹਿੰਦਾ ਕਿਸੇ ਨੂੰ ਕਹਿੰਦਾ ਤੇਰੇ ਪੋਤਾ ਹੋ ਜੂ ਕਿਸੇ ਨੂੰ ਕਹਿੰਦਾ ਤੇਰੇ ਨੂੰਹ ਆ ਜੂ ਕਿਸੇ ਨੂੰ ਕਹਿੰਦਾ ਤੇਰੇ ਦੋਹਤਾ ਹੋ ਜੂ ਰੋਟੀਆਂ ਖਾ ਲੈਂਦੀਆਂ ਮੰਗ ਕੇ ਲੀੜੇ ਵਸਤਰ ਸਮਾ ਲੈਂਦੇ ਹੋਰ ਕੀ ਕਰਨਾ ਕਹਿੰਦੀ ਸਾਧਾਂ ਨੇ ਕਹਿੰਦੀ ਤੇਰੇ ਵਰਗੇ ਲਾਖਾਂ ਠੱਗਦੇ ਫਿਰਨੇ ਜਹਾਨ ਨੂੰ ਜੇ ਤੂੰ ਦੱਸ ਗਿਆ ਜਗੁੱਤ ਮੁੰਨ ਦੀ ਮੇਰੀ ਸਹਿਤੀ ਦੀ ਨਹੀਂ ਮੈਂ ਲਾ ਲਊ ਮੁੰਦਣਾ ਪੈਨ ਜੱਟਾਂ ਦਾ ਪਾਉਣਾ ਕੀ ਮੈਂ ਘਰ ਖਾ ਕੇ ਆ ਗਈ ਕੀ ਜਾ ਕੇ ਘਰ ਖਾਣਾ ਰਾਂਝੇ ਚਾਕ ਨੇ ਵੀ ਔਖੇ ਵੇਲੇ ਪੰਜੇ ਪੀਰ ਤੇ ਆਲੇ ਨੇ ਫਿਰ ਪਾਸ ਖੜੋਤੇ ਜਾ ਕੇ ਕੱਢਤਾ ਪੁਸਕ ਫਿਰ ਹੱਥ ਧਰਾ ਲਿਆ ਸਹਿਤੀ ਦਾ ਪੁੱਛਿਆ ਲੈ ਰੇਰ ਕਾਨੇ ਮਨ ਚਿੱਤ ਲਾ ਕੇ ਨਾਲ ਦਹੀਂ ਦੇ ਤੇ ਮੁੰਡੇ ਖਾਧੇ ਕਣਕ ਦੇ ਜਾ ਕੇ ਨਹੀਂ ਗੋਸਤ ਨਾਲ ਖਾਣੇ ਕੜਾ ਚਾਂਦੀ ਦਾ ਹੈਗਾ ਮੁੱਠੀ 'ਚ ਗਹਿਣਿਆਂ ਦੇ ਝੂਠਾ ਕਰ ਲਈ ਮੈਨੂੰ ਕੁੜੀਆਂ ਸਜਾਵਾ ਕੇ ਕੁੜੀਆਂ ਹੱਸੀਆਂ ਮੁੰਡੋ ਤਾੜੀਆਂ ਵਜਾ ਕੇ ਤੂੰ ਤਾਂ ਮੁੰਦਰਾਂ ਲਾਉਂਦੀ ਤੇ ਮੂੰਹ ਸਰਕਾਰਾ ਕਰਦਾ ਮੁੰਨਾ ਗੁੱਤਨੀ ਤੇਰੀ ਜਿਹੜੀ ਹੂ ਨਹੀਂ ਮਟਿਆਰੇ ਜੱਗ ਵੱਸਦੀ ਰਹਿ ਤੂੰ ਫਿਰ ਸਹਿਤੀ ਨੇ ਜਵਾਬ ਦੇਤਾ ਫਿਰ ਹੁਣ ਤੂੰ ਲੈ ਬੋਲੇ ਫਿਰ ਹੌਲੀ 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 ਦੋ ਘਰ ਛੱਡਦਾ ਚਾਰ ਘਰ ਮੰਗ ਲੈਂਦਾ ਕਿੱਥੇ ਫਿਰ ਹੀਰ ਸੁੱਤੀ ਪਈ ਤੀ ਫਿਰ ਉਸ ਘਰ 'ਤੇ ਵਾਲ ਕੇ ਜਾ ਕੇ ਖੜ ਗਿਆ ਦਰ 'ਤੇ ਹੁਣ ਉਹ ਸੁੱਤੀ ਪਈ ਹੋਵੇ ਢਾਈ ਘੜੀਆਂ ਤਾਂ ਉੱਠਣਾ ਹੀ ਨਹੀਂ ਉਹਨੇ ਹਿੱਲਣਾ ਨਹੀਂ ਕਦੋਂ ਹਿੱਲਿਆ ਨਾ ਫਿਰ ਆ ਕੇ ਸਹਿਤੀ ਨੇ ਦਿੱਤਾ ਐਂ ਕਰਕੇ ਝੁੰਝੋੜਾ ਉਹਦਾ ਐਂ ਠੂਲਾ ਭੁਣਤਾ
बैठ के फिर राजा जा कर रोन लग गया। कहिंदे जे दा तेरा कासा फुट गया लोहे दा बूहा मान ला किसे लोहार दा, जे तेरा कासा फुट गया सोने चांदी दा बूहा मान ला किसे सुनियार दा, जे तेरा कासा फुट गया मिट्टी दा बूहा मान ला किसे घमेर दा। कहना बिचो पहाड़ी दे मिट्टी लियांदी। गुरु गोरखनाथ ने फिर हुक्म इंद्र नूं दित्ता, फिर मीह बरछाया गुन के मिट्टी, फिर कहना रविदास मूहरे सर धरती, फिर तुले चमार ने कहना चकते चढ़ा के कासा बनाया, एडे दुखों नाल कासा बन गया। कहना तू तो कहनी कासा फुट गया। जो इन्नी गल आई हीर ने पट्टी अख और रमता हो गया, उसकी जान गया, जाके बागों में बग गया। कहते फिर भजी हीर सहती पिंड चो दाज दसदी दसदी मेरा भाई नूं इन्ना दाज दिता है, आंदे नूं मार दिया। फिर हीर चंगा कहिंदी की गल हो गई, कहिंदी गिठक लम्मा रंग दा सुनहरी विच लड़ गया मेरी अड्डी दे, पीड़ अड्डी दी नण दे पेडू रू जांदी है, जांदे ने सास बहांदे सार सप्पां दी जोगी जाणदा कहड़ा विच वागां दे आए। फिर नण तों भजाई फिर चल पिया मगर मूहरे, जाके कहिंदी बाबा मेरी भाबो ते सप्प लड़ गया राजी कर दे थौला पा दे। कहिंदा लै बहली बैठी, फिर राजा चक ऐं डाणी फेर के जदों फूक मारिया करे सब पत्ते अड़ा दिया करे निम दे, सत्त गल्लां फूकां मारियां सत्ते गल्लां दा डाणी सूहणू वर्गी करती। उह सौड़ी कहिंदा वग जा इत्थों मित्रों राजी हुंदी तूं। कहिंदी की गल, कहिंदा बेगुरा लड़िया देख पत्ते ही झड़के कहिंदे डाणी दे। उह कहिंदी फिर हुण बाबा कहिंदा ऐ नहीं गल्ला राजी तां कर दूं जरूर, पर इहनूं थौले तिन पाया कर पाउंदे लग्या करनगे इक महीना पऊ थौले। कहिंदे अच्छा कहना हाँ, कहिंदे किवें, कहिंदा इक तां हुण पाता एक रात दे 11 बजे पाऊं एक तड़के 4 बजे पाऊं। ठीक है। वह कहिंदे बाबा फिर इह तां लोट नहीं, कहिंदा लोट फिर नहीं है तूं लै जा तैनूं जुगत दस देना। कहिंदा कुटिया पजा वेली बाहरों लाया कर जिंदा दी भाबू नूं अंदर पा दिया कर, तड़के ऐ लत्त बाहर कढ़ा दिया करूँ मैं थौला पा दिया करूँ। कहिंदी चंगा। फिर सहती छड के आ जाया करे थौला पा दिया किहड़ा पाउणा सी, चल जी जदों आया कर उहनूं डाहणियां फेर दिया करे, आउंदिआं नूं वी डाहणियां फेर के हटाईए। जदों महीना वीह ऐन जमा तान ते आ गए, फिर लैके हीर नूं फिर राजा चाकर मन्ना हो गया। जदों मन्ना हो गया अगली राजे दे राज च फड़े गए, फिर पहला थी जदों फड़े गए जाके अदली राजे ने राजे नूं हुक्म दिता भी अदल गया जोगन ते जोगी फड़े ने, तू इन्नियां राणियां लई बैठा एक नहीं उन्हां दे पैर वर्गी। कहिंदा चंगा फिर छड्डो ना तड़के न्यों करके छड्डांगे। तड़के अदली राजा गया, अदली कहिंदा ओह जोगी आ दो राणियां लै जा इन्हां इह तों तैं की कराउणा। कहिंदा ना जी मैं की कराउणा मेहर पाउणी इन्हां दी। कहिंदा लख रुपया ला 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 लख लख लैंदा ने अदलिया, कहिंदा कल्ले कल्ले साधा मेरी ते हीर दी उहदे तों लग गई चंदा सूरज अदलिया चढ़दे ते नाहीं, मेरी ते हीर दी राजा उहदे तों लग गई दुर्गा चार दे दी कल्ले इक सिंगल वाली जगाई, सत जन्मां दी हीर मेरी आ तूं मैथों कित्थों भालदा है। कहिंदा चावर चावर बोलदा है राजा ते हीर, फिर अदली राजे ने अंदर करते जेल च करते, जेल च करे हाड़ जेठ दा महीना। ਜਦੋਂ ਮਾਇਕ ਫਿਰ ਮਾਰੀਆਂ ਕਹਿਰ ਦੀਆਂ ਫੂਕਾਂ, ਸਾਰ ਸਵੇਰੇ ਸ਼ਹਿਰ ਸਮਲੇ ਨੂੰ ਅੱਗ ਲਾ ਗਈ, ਆ ਕੇ ਦੁਨੀਆਂ ਨੇ ਮਚਾਇਆ ਸ਼ੋਰ ਵੀ ਅੱਗ ਤਾਂ ਪਿੰਡ ਨੂੰ ਆਉਂਦੀਆਂ ਲਾਟਾਂ ਵੜਦੀ, ਕਹਿੰਦੇ ਪਾਣੀ ਪਾ ਦਿਓ, ਕਹਿੰਦੇ ਕਿਤੇ ਪਾਣੀ ਕਿੱਥੇ ਤੱਕ ਪਾਣੀ ਡੁੱਲ ਕੇ ਜਾਂਦਾ ਉੱਥੇ ਤੱਕ ਅੱਗ ਮਗਰ ਆਉਂਦੀ ਆ ਭੱਜ ਕੇ, ਕਿਵੇਂ ਮਿੱਟੀ ਦੇ ਤੇਲ ਮਗਰ ਆਉਂਦੀ ਹੈ। ਕਹਿੰਦੇ ਅੱਛਾ, ਕਹਿੰਦਾ ਹਾਂ। ਕਹਿੰਦੇ ਫਿਰ ਇੰਨੀ ਗੱਲ ਆ ਉਹਨਾਂ ਨੂੰ ਪੁੱਛੋ ਸਾਧਾਂ ਨੂੰ ਕੋਈ ਇੰਤਜ਼ਾਮ ਕਰਕੇ ਦੇਣਗੇ। ਕਹਿੰਦੇ ਅੱਛਾ, ਕਹਿੰਦੇ ਹਾਂ। ਜਾ ਕੇ ਅਦਲੀ ਰਾਜ ਨੇ ਫਿਰ ਪੈਰ ਫੜ ਲਏ, ਕਹਿੰਦਾ ਮਹਾਰਾਜ ਮੇਰਾ ਪਿੰਡ ਨਗਰ ਵਸਦਾ ਛੱਡ ਜੇ ਅਦਲੀਆ, ਜਿਹੜੇ ਕਮਾਣ 'ਚੋਂ ਤੀਰ ਛੁੱਟ ਕੇ ਮੁੜ ਕੇ ਕਿਤੇ ਵਾਪਸ ਆਏ ਨੇ ਉਹ ਨਹੀਂ ਆਉਂਦੇ। ਕਦੋਂ ਨਾ ਅਦਲੀ ਰਾਜ ਨੇ ਪੈਰ ਛੱਡੇ, ਕਹਿੰਦਾ ਲੈ ਫਿਰ ਇੰਨੀ ਗੱਲ ਹੈ ਇੱਕ ਰਹਿੰਦੀ ਦੁਨੀਆ ਤਿਕਰ ਅਦਲੀਆ ਸ਼ਹਿਰ ਸਮਾਣੇ 'ਚ ਅੱਗ ਲੱਗਿਆ ਕਰੂ, ਪਰ ਨੁਕਸਾਨ ਨਹੀਂ ਕਿਸੇ ਦਾ ਕਰਦੀ ਇੱਕ ਪੈਸੇ ਦਾ।
उत्थे छिड़कप पए ने दो उन्हां नूं लग जू पत्तियां नूं चारों नूं लग जू पर नुकसान नहीं किसी का करदे। जदों इन्नी गल आखी अदली राजे ने फिर पैरी हथ ला के राजा ते हीरा उहदे शहर चों कढ़ते कढ़ के फिर राह पाते राह पाए फिर तुरे आउंदे ने मूहरे फिर आ गया छाल पिंड राजा आउंदा आउंदा तो धनोले नूं मुड़ जाए मुड़ गया हीर ने भज के जाके बांह फड़ ली कहिंदी चाका कहिंदा हाँ जी तू कि चौंधी खा गया कहिंदा नहीं तू भुल गया कहिंदा नहीं कहिंदी फिर तू इधर कित जाना कहिंदा फत्तू काजी ते तेरा के दो लंगड़ा चाचा कुछ ना कोई कंघ खड़ी कर देंगे आपां किनारा करके आ उहदे पिंड भज कहिंदी नहीं आपां तां मिलकी जाणा आपां चार जणियां नूं आपां उहनां दे घरे ही नहीं जांदे कहिंदा चंगा चल पे लाली मगर लगी तुरे जांदे ने माता फिर तुली गोहे का बठर सिटना आउंदी है उन्हें देख लिया दस किलियां तो भी आउंदे ने बूह इहदा बूटा पट लिया आके सिट के दूजी रूड़ी से गोहा हथ मल के जरकते ने रांझे के सिर ते धरते नाले हीर के धरते चलो पुत थोड़ी जोड़ी थी सत का कम गलत हो गया थी शुक्र है तुसी आ गए फलानी गल धमकी गल चार तत्तियां ठंडियां मारियां गहां शूशक बैठा दी शूशक नेम जिक्र किया सिर दुना दे पड़ोसते अंदर बहाते डाके मंजे इन्ने फिर कई दो लांगड़ा दे हीर दा चाचा आ गए जदों आ गए फतूका जी वो कहिंदे शूशका ते गाल कढ के अंदर ही भैन खड़ी गई आसे पासे तां कित्थों बीजता उन्हें मूँह ते हथ धर ले कहिंदे वी नाले बाहर नूं धक्क लिया कहिंदा हुण नूं तख्त हजारे लेके वजदा की कर लैंदे इहदा तुसीं हुण बनाओ कोई हीला कहिंदे सद्दो तुली नूं फिर तुली सद ली तुली कहिंदी किवें तुसीं आखोगे मैं ओम जिक्र तैयार हाँ कहिंदे चंगा फिर ऐ कर असीं इहनूं फत्तूका जी कहिंदा मैं तोरूँ आपे राजे नूं राजे नूं फिर कुरान शरीफां दे पत्ते बना बना अक्कां दियां सोहां सिफतां खा के राजा चाक घुमा के तख्त हजारे नूं तोड़ता तोरिया मगरों कहिंदे वी निकाह लै जी अठवें नूं आउंदा राजे नूं तां चिट्ठी फड़ा दी ब्याह दे निकाह अठवें नूं ले जी क्यों फिर राजा चाक तोड़ता पिछों हीर नूं तुली माता ने फिर दुध पिउणा शुरू करता सारिआं नूं हीर दी बाटी जहर पाती किहड़ा बोले चाह चाह दुध च तां मिठा वाले ज्यादा पाता जहर मिठी हुंदी लोग सियाणे ऐ दसदे ने कहिंदे जहर जे तड़ावां मैं तेरे मूँह नूं तू छड़दा नहीं आखिया मतलब सुधे बाटी खा जो इन्नी मिठी दसदे ने जहर आपां देखी नहीं भी कही हुंदी है चल जी उहदा हीर ने तां आपदी बाटी पी ली पी के बाटी कदों घंटे के पिछों हीर तां लग गई गेड़े खाण कहिंदी मां धोखा कीता कहिंदी बारह पिंडां दी चौधर जांदी ती असीं धोखा करिए ना हीर मर गई उत्थे हीर मर गई कबरां च दफनाया फिर हत्थ ने तड़के फिर इन्हां दे दो काजी हुंदे ने मुसलमानां दे इक तां हुंदा है निकाह करन वाला सुन्नतां वढ़न वाला एक हुंदा कहिंदे अपने भांडे मांजण नूं चौर होवे ला नाई होवे भांडे मांजण वाला ब्याहां दियां गठ्ठां देण वाला फिर गठ्ठां देण वाले नूं कहिंदे वी ऐं कर जन लै के ना जाए अठवें नूं फिर इत्थें की करांगे आपां जाके सुनेहा दिया वी हीर तां मर गई रात जा रहा जाके पुछया सत च बैठे इन्हों कहिंदे ओह भगता कहिंदा हाँ जी कहिंदा मौजू का पोता मत्ते का पोता है नौ रांझा है मैं वो घर जाना कहिंदे हो बैठे टोडे ते आके गुजारी सलाम कढ के चिट्ठी जेब चो फिर काजी ने रांझे चाक नूं फड़ाती कहिंदा तुसीं फिर ऐ करो कि चल तेरा मान तान करा सहुरे दा लग गया कहिंदा फेर करांगे ब्याह तो बाद हुण मैं बाले पिंडी जाना हुण मेरे तो खड़न नहीं हुंदा राजा चाक उठ के टोडे तो लाले नूं जाके कहिंदा खबर दा जन वाले नूं आखे खबर ने की गल आ चिट्ठी लिख के फिर आ गई पढ़ के दिखना आ गया मैनू जदों लाले भाभी ने खोली चिट्ठी कहिंदी चिट्ठी पाटी है कहिंदा गलत फलत कम करदे तो कोई पाठ गए नुक्कर कोई गल नहीं
ਜਦੋਂ ਗਾਂ ਸਾਰੀ ਖੋਲ ਕੇ ਪੜ੍ਹੀ ਚਿੱਠੀ, ਕਹਿੰਦੀ ਜੰਨ ਲੈ ਕੇ ਨਾ ਆਈ, ਹੀਰ ਤਾਂ ਰਾਤ ਮਰ ਗਈ। ਅੱਛਾ, ਜਦੋਂ ਇੰਨੀ ਗੱਲ ਆਖੀ ਰਾਂਝੇ ਚੱਕ ਨੇ, ਫਿਰ ਚੱਕ ਲਈ ਚਾਦਰ, ਫਿਰ ਵੱਜਿਆ ਉੱਥੇ ਸੰਮਾ ਮਾਹੀ, ਕਹਿੰਦਾ ਉਹ ਪਾਲ ਮੁੰਡਿਓ ਰਾਂਝਾ ਆ ਗਿਆ ਜੀ, ਹੀਰ ਮਰ ਗਈ, ਮੈਂ ਗੋਡਾ ਨਵਾਇਆ ਵਾਂ। ਕਹਿੰਦੇ ਅੱਛਾ ਨਵਾਇਆ, ਫਿਰ ਰਾਂਝਾ ਚੱਕ ਗੋਡਾ ਨਵਾਉਣ ਪਾ ਗਿਆ, ਫਿਰ ਸੰਮਾ ਮਾਹੀ ਉਹ ਸੰਮਿਆ, ਕਦੋਂ ਹੀਰ ਮਰ ਗਈ ਤੂੰ ਨਾਲ ਤੀ? ਕਹਿੰਦਾ ਹਾਂ ਜੀ ਨਾਲ ਤੀ। ਅੱਛਾ, ਕਹਿੰਦਾ ਠੀਕ ਹੈ ਵੀ ਯਕੀਨ ਆ ਗਿਆ ਉਹਤੇ। ਫਿਰ ਰਾਂਝਾ ਚੱਕ ਕਬਰਾਂ 'ਚ ਪਾ ਗਿਆ, ਕਦੋਂ ਦੇਖੀਆਂ ਕਬਰਾਂ ਸਾਰੀਆਂ ਤਾਜ਼ੀਆਂ ਪੱਟੀਆਂ ਪਈਆਂ, ਮੁੜ ਕੇ ਉਹਦੇ ਕੋਲ ਸਾਰੇ ਸੰਮੇ ਮਾਹੀ ਕੋਲ ਫਿਰ ਆ ਗਿਆ। ਸੰਮਿਆ ਤੂੰ ਨਾਲ ਗਿਆ ਤੀ? ਕਹਿੰਦਾ ਹਾਂ। ਕਹਿੰਦਾ ਦੱਸ ਫਿਰ ਕਬਰ ਹੀਰ ਦੀ ਕਿੱਥੇ? ਫਿਰ ਜਾ ਕੇ ਸੰਮੇ ਮਾਹੀ ਨੇ ਦੱਸਤਾ ਵੀ ਇੱਥੇ ਤਾਂ ਸਿਰ ਹੈ, ਇੱਥੇ ਲੱਤਾਂ ਨੇ, ਇੱਥੇ ਬਾਹਾਂ ਨੇ। ਫਿਰ ਬੁੱਕਾਂ ਨਾਲ ਰੇਤਾ ਕੱਢਤਾ ਕਬਰ 'ਚੋਂ ਰਾਂਝੇ ਚੱਕ ਨੇ। ਅੱਛਾ, ਕੱਢ ਕੇ ਰਾਂਝੇ ਚੱਕ ਨੇ ਫਿਰ ਹੀਰ ਨੂੰ ਆਪਦੇ ਪੱਟ 'ਤੇ ਧਰ ਕੇ ਮੁੱਖ ਮੱਖ ਪੂੰਝ ਕੇ ਫਿਰ ਕਹਿਰ ਦੀਆਂ ਬੰਝਲੀਆਂ ਵਜਾਤੀਆਂ। ਅੱਛਾ, ਕਹਿਰ ਦੀਆਂ ਗੁਰੂ ਗੋਰਖਨਾਥ, ਕਹਿੰਦਾ ਉਹ ਕਿਹੜੇ ਭਗਤ 'ਤੇ ਭੀੜ ਪੈ ਗਈ ਆਪਣੇ 'ਤੇ? ਲੋ ਸਾਹਿਬ ਪਤਾ ਆਏ ਭੱਜੇ, ਕਹਿੰਦੇ ਮਹਾਰਾਜ ਉਹੀ ਹੈ। ਕਹਿੰਦਾ ਕੀ ਕਹਿੰਦਾ? ਕਹਿੰਦਾ ਜਾਂ ਤਾਂ ਮੇਰੀ ਹੀਰ ਨੂੰ ਜਿਉਂਦੀ ਕਰ ਦੇ, ਜਾਂ ਕਬਰ ਪਟਾ ਕੇ ਮੈਨੂੰ ਵੀ ਨਾਲ ਦਫਣਾ ਦੇ। ਉਹ ਕਹਿੰਦਾ ਵੀ ਇਹ ਵੀ ਸਿਆਪਾ ਜਾਣ ਨੂੰ ਛਿੜ ਗਿਆ। ਫਿਰ ਮਹਾਰਾਜ ਨੇ ਗੁਰੂ ਗੋਰਖਨਾਥ ਨੇ ਧਾਰੀ ਸੁਰਤੇ ਹਰਿਦੁਆਰੇ ਪਹੁੰਚ ਗਿਆ। ਅੱਛਾ, ਕਹਿੰਦਾ ਉਹ ਐਂ ਦੱਸੋ ਮੈਨੂੰ ਜਿਹੜੀ ਲਟਕੀ ਕੱਲ੍ਹ ਲਿਆਂਦੀ ਹੈ ਉਹਦੀ ਉਮਰ ਮੁੱਕ ਗਈ? ਕਹਿੰਦੇ ਹੈਗੀ। ਉਹਦਾ ਅੰਨ ਪਾਣੀ ਮੁੱਕ ਗਿਆ? ਕਹਿੰਦਾ ਹੈਗਾ। ਫਿਰ ਉਹ ਲਿਆਂਦੀ ਕਿਹਨੇ? ਕਹਿੰਦੇ ਹੁਣ ਤਾਂ ਪਤਾ ਨਹੀਂ, ਕਰੋ ਵਾਪਸ। ਕਹਿੰਦਾ ਹੀਰ ਵੀਰ ਉੱਥੇ ਵਾਪਸ ਕਰਤੀ ਕਬਰਾਂ 'ਚ, ਗੁਰੂ ਗੋਰਖਨਾਥ ਦੇ ਫਿਰ ਕਬਰਾਂ 'ਚੋਂ ਬਚਨ ਕੀਤੇ ਤੇ ਫਿਰ ਰਾਂਝਾ ਲੈ ਕੇ ਤਖ਼ਤ ਹਜ਼ਾਰੇ ਵੱਜਾ, ਫਿਰ ਬਣ ਕੇ ਬਹਿ ਗਿਆ ਉਹ ਭਾਈਆਂ ਦਾ ਭਾਈ। ਹਾਂ, ਕਬਰਾਂ 'ਚੋਂ ਲਿਆਏ ਤੇ ਹੀਰ ਨੂੰ ਕੱਢ ਕੇ। ਹਾਂ, ਕਬਰਾਂ 'ਚੋਂ ਲੱਗਿਆ ਜੀ, ਤਾਂ ਹੁਣ ਕੋਈ ਫਲਾਨੇ ਥਾਂ 'ਚੋਂ ਲੈ ਗਿਆ ਕਿਤੋਂ? ਉਹ ਪਹੁੰਚਿਆ ਹੋਇਆ, ਰੱਬ ਨੂੰ ਪਹੁੰਚਿਆ ਸੀ ਉਹ। ਕੀ ਐਂ ਸੀ, ਜਗਤ ਦੇ ਚਾਰ ਜਿਉਂਦੇ ਹੋ ਗਏ ਮਰੇ ਹੋਏ, ਇੱਕ ਤਾਂ ਸੰਮਣ ਮੂਸਾ ਕਰਤਾ ਛੇਵੇਂ ਪਾਤਸ਼ਾਹ ਜੀ ਨੇ, ਹੀਰ ਅਤੇ ਰਾਂਝਾ ਕਰਦਾ ਪੂਰਨ ਭਗਤ, ਇੱਕ ਹੀਰੇ ਕਰਤੇ ਗੁਰੂ ਗੋਰਖਨਾਥ ਨੇ, ਦੂਦ ਪਾਤਸ਼ਾਹ ਕੀਤਾ ਲੱਕੜ ਸ਼ਾਹ ਫਕੀਰ ਨੇ ਰੋਜ਼ਾ ਰੱਖਿਆ ਸੀ 12 ਸਾਲ ਦਾ, 12 ਸਾਲ ਦਾ ਕਦੋਂ ਰੋਜ਼ਾ ਰੱਖਿਆ ਸੀ ਅਲੀ ਸ਼ਾਹ ਫਕੀਰ, ਉਹਦਾ ਤਾਇਆ ਸੀ ਦੂਦ ਪਾਤਸ਼ਾਹ ਦਾ। ਕਹਿੰਦਾ ਤੂੰ ਬਾਹਰ ਨਾ ਆਇਆ, ਕਾਰ ਤੋਂ ਹੋਈ ਕਦੋਂ ਬਾਹਰ ਹੋ ਗਿਆ ਉਦੋਂ ਮਾਰਿਆ ਜਾਏਗਾ। ਉਹ ਕਹਿੰਦਾ ਚੰਗਾ। ਕਦੋਂ ਫੌਜਾਂ 4 ਸਵੇਰੇ ਪੈ ਗਈਆਂ, ਦੂਦ ਪਾਤਸ਼ਾਹ ਦੀ ਬੇਗਮ ਕਹਿੰਦੀ ਤੂੰ ਤਾਇਆ ਕਦੋਂ ਆਊਗਾ ਆਪਣੇ